एक इंसान ने अपनी जिंदगी विच एक विद्यार्थी जीवन जरूर बतीत किया होंगे। हाँ जी, थोड़ी मेरी जिंदगी दे विच यस आई एम अ स्टूडेंट असी कदी ना कदी जरूर क्या होएगा। यस आई एम अ स्टूडेंट मूवी भी अज रिलीज़ हो रही है, 22 अक्टूबर नू वर्ल्ड वाइड रिलीज़ होने जा रही है मूवी। जिस दिन सिद्धू मूसेवाले तो ऑन स्क्रीन उन्होंने नाल मेंडी टक्कर दिखाई देंगे। बिल्कुल जी, गाने तो बहुत हिट गए हैं इन्हों के, पर मूवी के की देखने मिलेगा। सो कैनेडियन स्टूडेंट के उत्ते पूरी मूवी बेस्ड है कि किदां दी लाइफ होंगी है, किदां दे स्ट्रगल्स आते हैं, तो किस तरीके दे नाल स्टूडेंट लाइफ उत्थे बिताई जाती है। इस मूवी में यह सब कुछ दसा गया। तनवीर सिंह जी ने इस मूवी नू डायरैक्ट भी किया है, हालांकि रब द रेडियो जिस नू बहुत सारे अवार्ड्स भी मिले वो भी मूवी इन्हों वालों डायरैक्ट की गई थी। पर सिद्धू मूसेवाले के गाने तो बहुत सुने हैं ऑन स्क्रीन, किस तरीके लोगों को पसंद आया है क्योंकि दूसरी फिल्म उन्हों की लगातार हो रही है। सो आओ गलबात करते हैं और लोगों को जानते हैं मूवी रिव्यू यस आई एम स्टूडेंट का। मूवी बहुत वधिया सी, स्टूडेंट लाइफ ते सीगी मूवी ते सारी कैनेडा दी स्टूडेंट लाइफ दसी हुई है। मूवी बहुत वधिया सी मैम, देखो स्टूडेंट दी लाइफ दिखाई गई उहदे विच भी किदां स्टूडेंट वर्क करदा, किदां उसनू लाइफ नू देखदा अपने तरीके नाल, है ना। तो स्टूडेंट स्टडी भी करदा नाल दी नाल अपना वर्क भी करदा, वो चीज़ दिखाई गई, मैसेज दिता गया, एक सारी दुनिया नू मैसेज दिता गया। मूवी बस ठीक ठीक थी, बहुत वधिया सी जी मूवी। सिद्धू मूसेवाला मेरा फेवरेट है वैसे भी ਤਾਂ ਕਰਕੇ, ਅਤੇ ਬਾਕੀ ਉੱਥੇ ਕੈਨੇਡਾ ਦੀ ਲਾਈਫ ਦੱਸੀ ਹੋਈ ਹੈ ਜਿਵੇਂ, ਸਾਡੇ ਵੀ ਕਈ ਨਾਲ ਦੇ ਗਏ ਹੋਏ ਨੇਗੇ, ਉਹ ਸਾਰੇ ਦੱਸਦੇ ਨੇ ਵੀ ਐਵੇਂ ਸੇਮ ਹੀ ਹੁੰਦਾ ਸਾਰਾ ਕੁਛ। ਬੱਚੇ ਬੜੇ ਦੇਖਦੇ ਆ, ਸਟੂਡੈਂਟ ਨੇ ਜਿਹੜੇ ਮੁੰਡੇ ਮੁੰਡੇ ਯੰਗ ਬੜੇ ਵਧੀਆ ਦੇਖਦੇ ਆ, ਉਹਨੂੰ ਪਸੰਦ ਕਰਦੇ ਆ। ਮੂਵੀ ਬਹੁਤ ਵਧੀਆ ਜੀ, ਬਹੁਤ ਵਧੀਆ ਸੀ, ਬਹੁਤ ਵਧੀਆ ਲੱਗੀ ਮੈਮ। ਸਟੋਰੀ ਮੈਮ ਬਹੁਤ ਵਧੀਆ ਸੀ ਕਿਉਂਕਿ ਅਸੀਂ ਵੀ ਸਟੂਡੈਂਟ ਹਾਂ ਜਨ, ਅਤੇ ਸਾਨੂੰ ਬਹੁਤ ਵਧੀਆ ਲੱਗੀ ਮੂਵੀ। ਬਹੁਤ ਵਧੀਆ ਮੈਮ, ਪਲੋਟ ਬਹੁਤ ਵਧੀਆ ਸੀ, ਬਾਕੀ ਐਕਟਿੰਗ ਸਰਾ ਠੀਕ ਸੀ। ਮੂਵੀ ਨਾਲ ਵਧੀਆ ਲੱਗਣ ਰਿਲੇਟਿਡ ਸੀ, ਅਤੇ ਸਟੂਡੈਂਟ ਲਾਈਫ 'ਤੇ ਸੀ, ਮਤਲਬ ਆਪਾਂ ਵੀ ਹੁਣ ਸਟੂਡੈਂਟ ਹੀ ਜਾਣਾ ਬਾਹਰ ਵਗੈਰਾ, ਅਤੇ ਹਰ ਠੀਕ ਵਧੀਆ ਪਤਾ ਚੱਲ ਗਿਆ ਕੀ ਸਾਹਿਬ। ਬਹੁਤ ਘੈਂਟ ਹੈ ਜੀ, ਤਕਰੀਬਨ ਸਾਰਾ ਕੁਛ ਵਧੀਆ ਹੀ ਹੈ ਜੀ, ਵਧੀਆ ਸੀ ਮੈਮ। ਸਟੂਡੈਂਟ ਬਾਰੇ ਸੀਗਾ, ਸਿੱਧੂ ਮੂਸੇਵਾਲੇ ਦੇ ਗਾਣੇ ਬਹੁਤ ਅੱਛੇ ਹੁੰਦੇ ਆ, ਪਰ ਹੁਣ ਮੈਂਡੀ ਟੱਕਰ ਦੇ ਨਾਲ ਔਨ ਸਕਰੀਨ ਉਹਨਾਂ ਦੀ ਜੋੜੀ, ਅਤੇ ਐਕਟਿੰਗ ਸਕਿੱਲਸ ਕਿੱਦਾਂ ਦੇ ਲੱਗੇ? ਐਕਟਿੰਗ ਸਕਿੱਲਸ ਵੀ ਬਹੁਤ ਵਧੀਆ ਸੀਗੀ, ਜੋੜੀ ਉਹਨਾਂ ਦੀ ਮੈਂਡੀ ਟੱਕਰ ਨਾਲ ਬਹੁਤ ਵਧੀਆ ਲੱਗ ਰਹੀ ਸੀ, ਅਤੇ ਆਲ ਓਵਰ ਮੂਵੀ ਬਹੁਤ ਗੁੱਡ ਆ। ਗਾਣੇ ਹੀ ਕੱਢ ਲੈ ਵੀ ਉਹੀ ਵਧੀਆ ਹੈ ਮੂਵੀ, ਮਾਫੀ ਇਹਦੇ ਬਾਅਦ ਦਾ ਰੋਗ ਨਹੀਂ ਹੈਗਾ, ਐਕਟਿੰਗ ਬਹੁਤ ਵਧੀਆ। ਮੈਂਡੀ ਟੱਕਰ ਦੇ ਨਾਲ ਕੈਮਿਸਟਰੀ ਕਿੱਦਾਂ ਦੀ ਆਉਂਦੀ? ਬਹੁਤ 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 ਨਾਈਸ, ਬਹੁਤ ਨਾਈਸ, ਬਹੁਤ ਵਧੀਆ ਲੱਗੀ ਜੋੜੀ ਉਹਨਾਂ ਨੇ ਉਹਨਾਂ ਦੀ, ਘੈਂਟ ਆ ਵਧੀਆ। ਸਿੱਧੂ ਨਾਲ ਜਿਹਾ ਮਰਜ਼ੀ ਹੋਵੇ, ਸਿੱਧੂ ਨਾਲ ਤਾਂ ਬਸ ਘੈਂਟ। ਮੂਸੇਵਾਲਾ ਹਜੇ ਸਿੱਖ ਰਿਹਾ ਜੀ ਐਕਟਿੰਗ, ਬਾਕੀ ਕਰੈਕਟਰ ਬੜੇ ਵਧੀਆ ਨੇ, ਪਰ ਮੂਸੇਵਾਲੇ ਦੀ ਠੀਕ ਹੈ ਐਕਟਿੰਗ, ਜਿੱਦਾਂ ਦੂਜੀ ਫਿਲਮ ਆ ਤਾਂ ਚੰਗੀ ਐਕਟਿੰਗ, ਐਕਟਿੰਗ ਬਹੁਤ ਵਧੀਆ ਵੈਸੇ। ਸਟੋਰੀ ਟੱਕਰ ਦੇ ਨਾਲ ਤੇ ਸਟੋਰੀ ਪੂਰਾ ਕੰਬੀਨੇਸ਼ਨ ਵਧੀਆ ਜੀ, ਪਰਫੈਕਟ ਆ, ਵਧੀਆ ਸੀ, ਵਧੀਆ ਸੀ, ਆਲ ਓਵਰ ਵਧੀਆ, ਬਹੁਤ ਵਧੀਆ ਲੱਗੀ ਜੀ। ਹਾਂਜੀ ਹਾਂਜੀ, ਪਹਿਲੀ ਵਾਰ ਦੇਖਣ ਨੂੰ ਰੋਮਾਂਟਿਕ ਮੂਵੀ 'ਚ ਤਾਂ ਬਹੁਤ ਵਧੀਆ ਲੱਗੀ। ਹਾਂਜੀ ਵਧੀਆ ਸੀ ਸਾਹਿਬ, ਕਾਫੀ ਦੇਰ ਬਾਅਦ ਆਏ ਮੰਡੀ ਟੈਕਰ, ਵੈਸੇ ਮੰਡੀ ਤਾਂ ਕਰਦਾ ਹੈਗੀ ਉਹ ਕਹਿੰਦਾ ਜੀ ਠੀਕ ਸੀ ਵਧੀਆ ਸੀ। ਤਾਂ ਸੌਂਗਸ ਵਗੈਰਾ ਇੰਜੋਏ ਕੀਤੇ ਕਿਉਂਕਿ ਗਾਣੇ ਬਹੁਤ ਵਧੀਆ ਨੇ? ਹਾਂਜੀ ਸੌਂਗ ਵੀ ਬਹੁਤ ਅੱਛੇ ਸੀਗੇ, ਅਤੇ ਮੂਵੀ ਦੇ ਨਾਲ ਰਿਲੇਟਡ ਜਿਹੜੇ ਸੌਂਗ ਸੀ ਸਟੂਡੈਂਟ ਲਾਈਫ 'ਤੇ ਉਹ ਵੀ ਬਹੁਤ ਵਧੀਆ। ਗਾਣੇ ਤਾਂ ਫੇਵਰੇਟ ਸ਼ੁਰੂ ਤੋਂ ਹੀ ਨੇ ਉਹਦੇ, ਬਸ ਸੌਂਗ ਸਭ ਤੋਂ ਵਧੀਆ ਸੀਗੇ, ਗਾਣੇ ਪਹਿਲਾਂ ਵੀ ਸੁਣੇ ਹੋਏ ਆ, ਤਕਰੀਬਨ ਘੈਂਟ ਹੀ ਆ ਸਾਰਾ ਕੁਛ। ਗਾਣੇ ਘੱਟ ਸੀਗੇ, ਇੱਕ ਦੋ ਹੀ ਗਾਣੇ ਸੀਗੇ ਵਧੀਆ ਸੀਗੇ। ਸੋ 5 ਆਊਟ ਆਫ ਕਿੰਨੇ ਸਟਾਰਸ ਦੇਣਾ ਚਾਹੋਗੇ ਮੂਵੀ ਨੂੰ? 5 out of 5 ਮੈਂ 10 ਸਟਾਰ ਹੀ ਦਊਂਗਾ, ਬਾਕੀ ਮੇਰੇ ਵੱਲੋਂ ਤਾਂ 110% ਆ। ਆਊਟ ਆਫ 5 4.5 ਪੱਕੇ ਨੇ, 4 star 4.5 5 ਫੁੱਲੀ ਹੈ, 10 to 10 3 ਸੋ ਸਿੱਧੂ ਮੂਸੇਵਾਲੇ ਅਤੇ ਮੈਂਡੀ ਟੱਕਰ ਦੀ ਇਸ ਜੋੜੀ ਨੂੰ ਲੋਕਾਂ ਨੇ ਤਾਂ ਬਹੁਤ ਪਿਆਰ ਦਿੱਤਾ ਹੈ, ਅਤੇ ਤੁਸੀਂ ਵੀ ਜਾਓ ਆਪਣੇ ਨੇੜੇ ਸਿਨੇਮਾਘਰਾਂ ਦੇ ਵਿੱਚ ਜਾ ਕੇ ਇਸ ਮੂਵੀ ਨੂੰ ਜ਼ਰੂਰ ਪਿਆਰ ਦਿਓ। ਯੈਸ ਆਈ ਐਮ ਸਟੂਡੈਂਟ ਜ਼ਰੂਰ ਦੇਖ ਕੇ ਆਓ, ਕਿਉਂਕਿ ਇਸ ਦੇ ਵਿੱਚ ਪੂਰੇ ਕੈਨੇਡੀਅਨ ਸਟੂਡੈਂਟ ਦੀ ਲਾਈਫ ਦੇ ਬਾਰੇ ਦੱਸਿਆ ਗਿਆ। ਕੈਮਰਾਮੈਨ ਬੌਬੀ ਦੇ ਨਾਲ ਮੈਂ ਸ਼ਿਫਾਲੀ, ਦੈਨਿਕ ਸਵੇਰਾ ਟੀਵੀ ਲੁਧਿਆਣਾ। ਅਲੀਸ਼ਾ ਬੇਗਮ, ਇੱਕ ਔਰਤ ਦਾ ਦੁੱਖ ਇੱਕ ਔਰਤ ਹੀ ਸਮਝ ਸਕਦੀ ਹੈ, ਰੂਹਾਨੀ ਅਤੇ ਕਾਲੀ ਸ਼ਕਤੀਆਂ ਦੀ ਮਾਲਕਣ, ਦੁਨੀਆ ਦਾ ਸਭ ਤੋਂ ਚਮਤਕਾਰੀ ਇਲਮ ਮੇਰੇ ਕੋਲ ਹੈ, ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ, ਕਾਲਾ ਇਲਮ ਕਰਨਾ ਅਤੇ ਤੋੜਨਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ, ਪਰੇਸ਼ਾਨੀ ਜਿਵੇਂ ਲਵ ਮੈਰਿਜ, ਪਤੀ ਪਤਨੀ 'ਚ ਝਗੜਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਤਲਾਕ ਕੇਸ, ਬੁਰੇ ਸੁਪਨੇ, ਵਿਦੇਸ਼ ਯਾਤਰਾ, ਬੁਰੀ ਸੰਗਤ ਜਾਂ ਨਸ਼ਾ ਛੁਡਾਉਣਾ, ਬਿਮਾਰੀ 'ਚ ਦਵਾ ਨਾ ਲੱਗਣਾ, ਵਸ਼ੀਕਰਨ ਇੱਕ ਸੱਚਾਈ ਹੈ, ਵਸ਼ੀਕਰਨ ਕਰਵਾਓ, ਮਨ ਚਾਹ ਪਿਆਰ ਪਾਓ, ਕੀ ਤੁਹਾਡੀ ਕਿਸਮਤ 'ਚ ਲੋਟਰੀ ਦਾ ਯੋਗ ਹੈ ਜਾਂ ਨਹੀਂ, ਸੱਚਾਈ ਜਾਣੋ, ਲੋਟਰੀ ਨੰਬਰ ਪਾਓ ਭਾਵੇਂ 649 ਹੋਵੇ ਜਾਂ ਲੋਟੋ ਮੈਕਸ, 11 ਘੰਟੇ 'ਚ ਕਰਵਾਓ ਹਰ ਪਰੇਸ਼ਾਨੀ ਦਾ ਹੱਲ ਘਰ ਬੈਠੇ, ਅਸ਼ਟਾਮ ਪੇਪਰ ਤੇ ਲਿਖ ਕੇ ਲਵੋ ਕੰਮ ਦੀ ਗਾਰੰਟੀ, ਜਾਂ ਕਹਿਣੇ ਤੋਂ ਬਾਹਰ ਹੈ ਤੁਰੰਤ ਸੰਪਰਕ ਕਰੋ, ਤੁਹਾਡੀ ਹਰ ਗੱਲ ਗੁਪਤ ਰੱਖੀ ਜਾਵੇਗੀ। ਅਲੀਸ਼ਾ ਬੇਗਮ।
वर्ल्ड फेमस बाबा सलीम खान 21 बार गोल्ड मेडलिस्ट सारियां थामा तो निराश अते मायूस होने वाले एक बार फोन जरूर करो जिवें चाहोगे ओवें होएगा इट्स माय प्रॉमिस इमीडिएटली रिजल्ट ओपन चैलेंज इल्मा दे माहिर ए टू जेड समस्यावां दा फोन ते घर बैठे करवाओ हल वशीकरण अते मुठकरनी लव मैरिज सौतन अते दुश्मन तो छुटकारा पक्का काम पक्का हल 101% गारंटी अष्टाम पेपर समेत सब तो पहला काम करन दा वादा नौकरी प्रमोशन कारोबार च परेशानी घर च झगड़ा कोर्ट केस तलाक प्रॉपर्टी झगड़ा पति पत्नी चनबन जा दुटोना मनमोहनी वशीकरण करवाओ जा तोड़वाओ रुसे नु मनाओ ਹੁਣੇ ਕਾਲ ਕਰੋ ਬਾਬਾ ਸਲੀਮ ਖਾਨ 98 199 37 467।